सत श्री अकाल जी। सिद्धू मूसेवाले का नवा गाना एस वाई एल आ चुका है। इस गाने ने आउंदिया ही तहलका मचा दिता। इस गाने विच पानी दे मुद्दे नूं सिद्धू मूसेवाले ने बड़ी ही गंभीरता नाल लिया अते नाल ही मूसेवाले ने सरकार दे सामने बड़े सवाल खड़े किए हैं, जिमें कि बंदी सिंघां दी रिहाई बारे। जिमें कि तुहानूं पता है कि बंदी सिंघां दी सज़ा पूरी होण दे बावजूद भी उन्हां नूं रिहा नहीं किया जा रहा। मूसेवाले ने इस मामले नूं बड़ी ही गंभीरता नाल लिया जो कि लैणा बणदा है। ਅਤੇ ਨਾਲ ਹੀ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਨੂੰ ਵੀ ਵੱਡਾ ਰਿਪਲਾਈ ਕੀਤਾ। ਜਿਵੇਂ ਕਿ ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨ ਵਿੱਚ ਜਦੋਂ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ 'ਤੇ ਚੜ੍ਹਾਇਆ ਗਿਆ ਸੀ ਤਾਂ ਬੜਾ ਵਿਵਾਦ ਹੋਇਆ ਸੀ। ਉੱਥੇ ਬੱਬੂ ਮਾਨ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਉਦੋਂ ਨਹੀਂ ਸੀ ਰੋਇਆ ਜਦੋਂ ਮੇਰੇ ਮਾਂ ਬਾਪ ਮਰੇ ਸੀ, ਮੈਂ ਇਸ ਘਟਨਾ ਨੂੰ ਲੈ ਕੇ ਬਹੁਤ ਰੋਇਆ ਸੀ। ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਦੇ ਇਸ ਬਿਆਨ ਨੂੰ ਲੈ ਕੇ ਕਈ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਇਸ ਗਾਣੇ ਵਿੱਚ ਮੂਸੇਵਾਲੇ ਨੇ ਬੱਬੂ ਮਾਨ ਨੂੰ ਇੱਕ ਅੜਬ ਪੰਜਾਬੀ ਕਹਿ ਕੇ ਸੰਬੋਧਨ ਕੀਤਾ। ਉਸਨੇ ਕਿਹਾ, ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਨਿਸ਼ਾਨ ਸਾਹਿਬ ਚੜ੍ਹਨ 'ਤੇ ਰੋਂਦਾ ਕਿਉਂ ਸੀ ਅੜਬ ਪੰਜਾਬੀ। ਵਾਕਿਆ ਸਿੱਧੂ ਮੂਸੇਵਾਲੇ ਨੇ ਬੱਬੂ ਮਾਨ ਨੂੰ ਵੱਡਾ ਸਵਾਲ ਖੜ੍ਹਾ ਕੀਤਾ, ਕਿਉਂਕਿ ਬੱਬੂ ਮਾਨ ਨੇ ਆਪਣੀ ਸ਼ਖਸੀਅਤ ਨੂੰ ਇੱਕ ਅੜਬ ਪੰਜਾਬੀ ਵਜੋਂ ਪੇਸ਼ ਕੀਤਾ ਸੀ ਅਤੇ ਇਸ ਗਾਣੇ ਵਿੱਚ ਮੂਸੇਵਾਲੇ ਨੇ ਸ਼ਰੇਆਮ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ। ਇਸ ਗਾਣੇ ਨੇ ਸਿੱਧੂ ਦੇ ਦਰਦ ਨੂੰ ਦਰਸਾਇਆ ਜੋ ਕਿ ਉਹ ਪੰਜਾਬ ਲਈ ਰੱਖਦਾ ਸੀ ਅਤੇ ਲੋਕਾਂ ਨੇ ਇਸ ਗਾਣੇ ਨੂੰ ਇੰਨਾ ਪਿਆਰ ਦਿੱਤਾ ਕਿ ਹਰ ਪਾਸੇ ਇਸ ਗਾਣੇ ਦੇ ਹੀ ਚਰਚੇ ਹੋ ਰਹੇ ਨੇ। ਇਹ ਸਬੂਤ ਹੈ ਕਿ ਸਿੱਧੂ ਹਜੇ ਮੁੱਕਿਆ ਨਹੀਂ ਅਤੇ ਸਿੱਧੂ ਸਦਾ ਸਾਡੇ ਦਿਲਾਂ ਵਿੱਚ ਰਾਜ ਕਰਦਾ ਰਹੇਗਾ। ਰੱਬ ਰੱਖ।